ਦੀਨ ਦਿਆਲੂ ਭਗਤ ਵਸ਼ਲ ਕਿਰਪਾ ਨਿਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਦੇਵ ਪਿਤਾ ਜੀ ਦੇ ਪਾਵਨ ਦਰਬਾਰ ਅੰਦਰ ਸੁਭਾਏ ਮਾਨ ਜੁੜ ਬੈਠੀ ਸਮੂਹ ਸਾਧ ਸੰਗਤ, ਬੜੇ ਪਿਆਰ ਸਤਿਕਾਰ ਸਹਿਤ ਆਪ ਜੀ ਗੁਰਚਰਨਾਂ ਵਿੱਚ ਬਿਰਾਜਮਾਨ ਹੋ, ਪਿਆਰ ਸਹਿਤ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਹੋਇਆਂ ਸਤਿਗੁਰਾਂ ਦੇ ਦਰਸ਼ਨ ਪਰਸ ਰਹੇ ਹੋ ਜੀ ਆਪ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਕੀਰਤਨ ਤੋਂ ਬਾਅਦ ਅਸੀਂ ਹਰ ਰੋਜ਼ ਸ਼ਬਦ ਦੀ ਵਿਚਾਰ ਕਰਦੇ ਹਾਂ ਇੱਕ ਲੜੀ ਦੀ ਤਹਿਤ। ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਜੋ ਅਸੀਂ ਅੱਜ ਅੰਮ੍ਰਿਤ ਵਚਨ ਵਿਚਾਰਨੇ ਨੇ, ਤੁਸੀਂ ਹੁਣੇ ਹੀ ਪਾਠ ਸ਼੍ਰਵਣ ਕੀਤਾ ਜੀ ਉਹਨਾਂ ਪਾਵਨ ਅੰਮ੍ਰਿਤ ਬਚਨਾਂ ਦਾ। ਆਸਾ ਰਾਗ ਦੇ ਸ਼ਬਦ ਨੇ ਤੇ ਪਵਿੱਤਰ ਅੰਗ ਹੈ ਜੀ 348 ਜਿੱਥੇ ਪਾਵਨ ਸ਼ਬਦ ਦਰਜ ਹੈ। ਜਿਹੜੀਆਂ ਪੰਗਤੀਆਂ ਅਸੀਂ ਅੱਜ ਪੜ੍ਹੀਆਂ ਨੇ ਇਹ ਪੰਗਤੀਆਂ ਸੋ ਪੁਰਖ ਵਾਲਾ ਜੋ ਸ਼ਬਦ ਹੈ ਉਸ ਸ਼ਬਦ ਦੇ ਕੁਝ ਪਦੇ ਨੇ, ਕਿਉਂਕਿ ਉਹ ਪਦਾ ਲੰਬੇਰਾ ਹੈ, ਪੰਜ ਪਦੇ ਨੇ ਪਰ ਪੰਜ ਪਦੇ ਹੀ ਲੰਬੇਰੇ ਨੇ, ਇੱਕ ਇੱਕ ਪਦਾ ਲੰਬੇਰਾ ਹੈ। ਇਸ ਸ਼ਬਦ ਦੇ ਦੋ ਪਦੇ ਵਿਚਾਰੇ ਗਏ ਸਨ, ਤਿੰਨ ਵਿੱਚ ਰਹਿ ਗਏ ਸਨ। ਇਹਨਾਂ ਪਦਿਆਂ ਨੂੰ ਅਸੀਂ ਅੱਜ ਵਿਚਾਰਨਾ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਫਿਰ ਇਹ ਸ਼ਬਦ ਸੰਪੂਰਨ ਹੋ ਜਾਏਗਾ। ਅਸੀਂ ਤਿੰਨ ਪਦੇ ਹੀ ਪੜ੍ਹੇ ਆ, ਦੋ ਪਦੇ ਨਹੀਂ ਪੜ੍ਹੇ ਜੋ ਵਿਚਾਰੇ ਜਾ ਚੁੱਕੇ ਆ। ਅੱਜ ਇਹਨਾਂ ਤਿੰਨ ਅੰਮ੍ਰਿਤ ਬਚਨਾਂ ਦੀ ਅਸੀਂ ਵਿਚਾਰ ਕਰਾਂਗੇ। ਤੁਸੀਂ ਸੋ ਪੁਰਖ ਜੋ ਸ਼ਬਦ ਹੈ ਰਹਿਰਾਸ ਵਿੱਚ ਪੜ੍ਹਦੇ ਹੋ ਆਪ ਸਾਰੇ, ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਕੁਛ ਸ਼ਬਦ ਜੋ ਇੱਥੇ ਜਿਵੇਂ ਸੁਣ ਵੱਡਾ ਆਖਿਆ ਸਭ ਕੋਈ ਹੈ, ਆਖਾਂ ਜੀਵਾਂ ਵਿਸਰੇ ਮਰ ਜਾਓ ਹੈ, ਸੋ ਦਰ ਹੈ। ਚਾਹੇ ਇਹ ਪਹਿਲਾਂ ਵੀ ਆ ਗਏ ਆ ਰਹਿਰਾਸ ਵਿੱਚ ਅਸੀਂ ਪੜ੍ਹਦੇ ਹਾਂ ਰੋਜ਼, ਥੋੜ੍ਹਾ ਥੋੜ੍ਹਾ ਡਿਫਰੈਂਸ ਹੈ ਇਹਨਾਂ ਵਿੱਚ, ਫਰਕ ਹੈ ਥੋੜ੍ਹਾ ਥੋੜ੍ਹਾ, ਬਸ ਜ਼ਿਆਦਾ ਵੀ ਨਹੀਂ ਹੈ। ਬਸ ਸ਼ਬਦਾਂ ਦੇ ਉਚਾਰਨ ਵਿੱਚ ਕਿਤੇ ਨਾ ਕਿਤੇ ਸਤਿਗੁਰਾਂ ਨੇ ਥੋੜ੍ਹਾ ਜਿਹਾ ਭੇਦ ਪਾਇਆ। ਜਿਹੜੇ ਤਿੰਨ ਅਸੀਂ ਅੱਜ ਪਦੇ ਪੜ੍ਹਿਆ ਇਹਨਾਂ ਵਿੱਚ ਵੀ ਫਰਕ ਹੈ। ਜੋ ਤੁਸੀਂ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹੋ ਇਹ ਸ਼ਬਦ, ਉੱਥੇ ਕੁਝ ਹੋਰ ਹੈ, ਇੱਥੇ ਕੁਝ ਹੋਰ ਹੈ, ਥੋੜ੍ਹਾ ਜਿਹਾ ਫਰਕ ਹੈ, ਉਹ ਅਸੀਂ ਦੇਖਾਂਗੇ ਇਸ ਜਦੋਂ ਅਸੀਂ ਵਿਚਾਰਾਂਗੇ ਉੱਥੇ। ਅੱਜ ਅਸੀਂ ਇਹਨਾਂ ਤਿੰਨ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕੀ ਕਹਿ ਰਹੇ ਆ ਇੱਥੇ। ਸੋ ਜਿਤਨੇ ਵੀ ਆਪ ਜੀ ਗੁਰਮੁਖ ਪਿਆਰੇ ਜੁੜ ਬੈਠੇ ਹੋ ਤੇ ਉਸੇ ਤਰ੍ਹਾਂ ਹੀ ਅਸੀਂ ਸ਼ਬਦ ਨੂੰ ਵਿਚਾਰਾਂਗੇ। ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਅੰਗ ਸੰਗ ਸਹਾਈ ਹੋ ਕੇ ਆਪ ਹੀ ਵਿਚਾਰ ਕਰਵਾ ਲੈਣ। ਬੜੇ ਪਿਆਰ ਅਦਬ ਸਹਿਤ ਆਖੋ ਜੀ ਸਤਨਾਮ ਸ਼੍ਰੀ ਸਾਹਿਬ ਜੀਓ, ਫਿਰ ਕਰੋ ਕਿਰਪਾ
ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸਾਹਿਬ ਜੀਓ। ਸੋ ਪੁਰਖ ਜੋ ਸ਼ਬਦ ਹੈ ਇਹ ਪੰਚਮ ਪਾਤਸ਼ਾਹ ਜਦੋਂ ਰਹਿਰਾਸ ਸਾਹਿਬ ਦੇ ਸ਼ਬਦਾਂ ਨਾਲ ਜੋੜਿਆ ਸੀ, ਇਹਨੂੰ ਸੋ ਦਰ ਤੋਂ ਬਾਅਦ ਹੀ ਜੋੜਿਆ ਗਿਆ ਸੀ, ਕਿਉਂਕਿ ਸੋ ਦਰ ਅਤੇ ਸੋ ਪੁਰਖ ਆਪਸ ਵਿੱਚ ਰਿਲੇਟਡ ਸਨ ਦੋਵੇਂ ਸ਼ਬਦ। ਜਿਵੇਂ ਸੋ ਦਰ ਦੀ ਗੱਲ ਕਹੀ ਗਈ ਸੀ ਉਸ ਅਕਾਲ ਪੁਰਖ ਦੀ, ਉਸੇ ਤਰ੍ਹਾਂ ਸੋ ਪੁਰਖ ਦੀ ਗੱਲ ਕੀਤੀ ਗਈ ਸੀ। ਤਾਂ ਫਿਰ ਪੰਚਮ ਪਾਤਸ਼ਾਹ ਜੀ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਉਦੋਂ ਫਿਰ ਪਾਤਸ਼ਾਹ ਜੀ ਨੇ ਜਿੱਥੇ ਸੋਦਰ ਨਾਲ ਲਿਖਿਆ ਅਤੇ ਉਹ ਤੋਂ ਬਾਅਦ ਹੀ ਸੋ ਪੁਰਖ ਸ਼ਬਦ ਮਹਾਰਾਜ ਜੀ ਨੇ ਐਡ ਕੀਤਾ ਉੱਥੇ। ਅੱਜ ਅਸੀਂ ਇਸ ਸ਼ਬਦ ਨੂੰ ਵਿਚਾਰ ਰਹੇ ਹਾਂ ਇਸ ਆਸਾ ਰਾਗ ਦੇ ਅੰਦਰ। ਤੀਸਰਾ ਪਦਾ ਆਰੰਭ ਹੁੰਦਾ ਜੀ, ਹਰ ਧਿਆਵ ਹੇ ਹਰ ਧਿਆਵ ਹੇ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ। ਜਿਨ੍ਹਾਂ ਨੇ ਹਰੀ ਨੂੰ ਧਿਆਇਆ ਹੈ, ਹਰ ਧਿਆਵ ਹੇ ਹਰ ਧਿਆਵ ਹੇ ਤੁਧ ਜੀ, ਸੋ ਪੁਰਖ ਹੀ ਹਰ ਥਾਂ ਚੱਲੇਗਾ। ਜਿਨ੍ਹਾਂ ਨੇ ਉਸ ਪੁਰਖ ਨੂੰ ਧਿਆਇਆ ਹੈ ਉਹ ਇਸ ਜਗਤ ਵਿੱਚ ਸੁਖ ਵਾਸੀ ਬਣ ਗਏ, ਭਾਵ ਉਹਨਾਂ ਦੇ ਜੀਵਨ ਵਿੱਚ ਸੁੱਖ ਨੇ ਵਾਸਾ ਕਰ ਲਿਆ। ਹਰ ਧਿਆਵ ਹੇ ਹਰ ਧਿਆਵ ਹੇ ਤੁਧ ਜੀ ਸੇ ਜਨ, ਜਿਨ੍ਹਾਂ ਨੇ ਤੁਹਾਨੂੰ ਮਹਾਰਾਜ ਧਿਆਇਆ, ਤੁਹਾਡਾ ਨਾਮ ਜਪਿਆ, ਉਹ ਜਨ ਉਹ ਪਿਆਰੇ ਗੁਰਮੁਖ ਗੁਰਸਿੱਖ ਇਸ ਯੁੱਗ ਮਹਿ ਸੁਖ ਵਾਸੀ ਇਸ ਸੰਸਾਰ ਵਿੱਚ ਸੁੱਖਾਂ ਦੇ ਘਰ ਵਿੱਚ ਵੱਸ ਗਏ, ਭਾਵ ਉਹਨਾਂ ਦੇ ਜੀਵਨ ਵਿੱਚ ਦੁੱਖ ਨਹੀਂ ਹੈ, ਉਹਨਾਂ ਦੇ ਜੀਵਨ ਵਿੱਚ ਸੁੱਖ ਹੀ ਸੁੱਖ ਹੈ। ਤੇ ਨਾਲ ਹੀ ਆਖਦਾ ਇਕੱਲਾ ਸੁੱਖ ਨਹੀਂ ਮਿਲਿਆ ਉਹਨਾਂ ਨੂੰ ਜਿਨ੍ਹਾਂ ਨੇ ਨਾਮ ਧਿਆਇਆ, ਇਕੱਲਾ ਸੁੱਖ ਨਹੀਂ ਮਿਲਿਆ, ਸੁੱਖ ਦੇ ਨਾਲ ਉਹ ਦਾਤ ਮਿਲ ਗਈ ਜਿਹੜੀ ਦਾਤ ਸੰਸਾਰ ਵਿੱਚ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ। ਤੇ ਮਹਾਰਾਜ ਆਖਦੇ ਆ ਉਹ ਦਾਤ ਹੈ ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ। ਹੁਣ ਇਹ ਡਿਫਰੈਂਸ ਹੈ ਉੱਥੇ, ਤੁਸੀਂ ਉੱਥੇ ਰੋਜ਼ ਪੜ੍ਹ ਦਿਓ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਇੱਥੇ ਜੀ ਨਹੀਂ ਹੈ, ਇੱਥੇ ਜੀਓ ਹੈ। ਅਰਥ ਭਾਵੇਂ ਸੇਮ ਨੇ, ਅਸੀਂ ਕਿਸੇ ਨੂੰ ਜੀ ਕਹਿ ਕੇ ਬੁਲਾ ਦੇਈਏ ਚਾਹੇ ਕਿਸੇ ਨੂੰ ਜੀਓ ਕਹਿ ਕੇ ਬੁਲਾ ਦੇਈਏ, ਸ਼ਬਦ ਤੇ ਪਿਆਰ ਦੇ ਨਾ ਦੋਵੇਂ ਸਤਿਕਾਰ ਦੇ ਨੇ ਸ਼ਬਦ। ਅਸੀਂ ਕਿਸੇ ਨਾਲ ਅਸੀਂ ਜਿਵੇਂ ਕਹਿ ਦਿੰਦੇ ਮੇਰੇ ਸੱਜਣ ਜੀ ਜਾਂ ਕਹਿ ਦਿੰਦੇ ਮੇਰੇ ਸੱਜਣ ਜੀਓ, ਹੁਣ ਜੀਓ ਸ਼ਬਦ ਵੀ ਰਿਸਪੈਕਟ ਦਾ ਹੈ, ਸਤਿਕਾਰ ਦਾ, ਪਿਆਰ ਦਾ, ਤੇ ਜੀ ਸ਼ਬਦ ਵੀ ਪਿਆਰ ਤੇ ਰਿਸਪੈਕਟ ਦਾ। ਉਸ ਅਕਾਲ ਪੁਰਖ ਦਾ ਸਤਿਕਾਰ ਤੇ ਉਹਦੇ ਪਿਆਰ ਵਿੱਚ ਸ਼ਬਦ ਕਹੇ ਗਏ ਆ ਕਿ ਰੱਬ ਜੀ ਜਿਨ੍ਹਾਂ ਨੇ ਤੁਹਾਨੂੰ ਧਿਆਇਆ ਉਹ ਸੁੱਖ ਪ੍ਰਾਪਤ ਕਰਨ ਦੇ ਨਾਲ ਨਾਲ ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ, ਤਿੰਨ ਟੂਟੀ ਜਮਕੀ ਫਾਸੀ। ਮਾਲਕ ਜੀ ਉਹ ਜਮਾਂ ਦੀਆਂ ਫਾਈਆਂ ਤੋਂ ਛੁੱਟ ਗਏ, ਜਿਹੜੀਆਂ ਜਮਾਂ ਦੀਆਂ ਫਾਈਆਂ
ਵਿਕਾਰਾਂ ਨੇ ਬੰਦੇ ਨੂੰ ਬੰਧਨਾਂ ਵਿੱਚ ਬੱਝਿਆ ਹੋਇਆ ਹੈ ਨਾ, ਕਿਉਂਕਿ ਹਰ ਇੱਕ ਬੰਦਾ ਸੰਸਾਰ ਵਿੱਚ ਬੰਧਨਾਂ ਵਿੱਚ ਬੱਝਿਆ ਹੋਇਆ ਹੈ ਜੀ। ਕੋਈ ਮੋਹ ਵਿੱਚ ਬੱਝਿਆ ਪਿਆ, ਕੋਈ ਲੋਭ ਵਿੱਚ ਬੱਝਿਆ ਪਿਆ, ਕੋਈ ਵਾਸ਼ਨਾਵਾਂ ਵਿੱਚ ਬੰਨਿਆ ਪਿਆ, ਕਿਸੇ ਨੂੰ ਹੰਕਾਰ ਨੇ ਚੰਗਾ ਆਪਣੇ ਆਪ ਵਿੱਚ ਜਕੜਿਆ ਪਿਆ, ਤੇ ਕੋਈ ਕ੍ਰੋਧ ਦੀਆਂ ਬੇੜੀਆਂ ਵਿੱਚ ਬੱਝਿਆ ਪਿਆ। ਭਾਵ ਹਰ ਬੰਦਾ ਕਿਸੇ ਨਾ ਕਿਸੇ ਰੋਹ ਵਿੱਚ ਬੇੜੀਆਂ ਵਿੱਚ ਜਕੜਿਆ ਹੀ ਜਕੜਿਆ ਹੈ, ਪਰ ਜਿਹੜੇ ਪਰਮਾਤਮਾ ਦੇ ਨਾਮ ਨੂੰ ਜਪਦੇ ਆ, ਮਾਲਕ ਜੀ ਆਖਦੇ ਆ, ਉਹ ਇਹਨਾਂ ਬੇੜੀਆਂ ਚੋਂ ਛੁੱਟ ਜਾਂਦੇ ਆ, ਉਹਨਾਂ ਦੀ ਬੰਦ ਖਲਾਸੀ ਹੋ ਜਾਂਦੀ ਹੈ। ਹਰ ਧਿਆਵ ਹੀ ਹਰ ਧਿਆਵ ਹੈ ਤੁਦ ਜੀ, ਸੇ ਜਨ ਯੁਗ ਮਹਿ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀਉ, ਤਿੰਨ ਟੂਟੀ ਜਮਕੀ ਫਾਸੀ। ਉੱਥੇ ਟੂਟੀ ਸ਼ਬਦ ਵੀ ਆਉਂਦਾ, ਇੱਥੇ ਟੂਟੀ ਸ਼ਬਦ ਆ ਗਿਆ ਹੈ। ਫਿਰ ਅੱਗੇ ਆਖਦਿਆਂ, ਉਹਨਾਂ ਸੱਜਣਾਂ ਦੀ ਜਮਾਂ ਦੀਆਂ ਫਾਈਆਂ ਟੁੱਟ ਗਈਆਂ, ਤੇ ਉਹ ਕੇਵਲ ਥੋੜੇ ਵਕਤ ਲਈ ਨਹੀਂ, ਉਹ ਜਮਾਂ ਦੀਆਂ ਫਾਈਆਂ ਹਮੇਸ਼ਾ ਲਈ ਟੁੱਟ ਗਈਆਂ। ਕਿਉਂਕਿ ਰੱਬ ਜਦੋਂ ਵੀ ਮੁਕਤ ਕਰਦਾ ਹੈ, ਉਹ ਕੇਵਲ ਕੁਝ ਸਮੇਂ ਲਈ ਮੁਕਤੀ ਦੀ ਦਾਤ ਨਹੀਂ ਬਖਸ਼ਦਾ, ਪਰਮਾਤਮਾ ਹਮੇਸ਼ਾ ਲਈ ਇਸ ਸੰਸਾਰ ਵਿੱਚੋਂ ਮੁਕਤ ਕਰ ਦਿੰਦਾ ਹੈ। ਸਾਧ ਸੰਗਤ, ਇਹ ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਹੈ, ਨਾਮ ਵਿੱਚ ਤਾਕਤ ਹੈ। ਜਿਨ੍ਹਾਂ ਨੇ ਰੱਬ ਨੂੰ ਧਿਆਇਆ, ਉਹੀ ਬੰਧਨਾਂ ਚੋਂ ਮੁਕਤ ਹੋਏ ਆ। ਭਗਤ ਜੀ ਇੱਕ ਬੜਾ ਪਿਆਰਾ ਸ਼ਬਦ ਕਹਿੰਦੇ ਆ, ਉਹ ਆਖਦਿਆ, ਰੱਬ ਜੀ ਤੁਸੀਂ ਬੇਸ਼ੱਕ ਸਾਨੂੰ ਮੋਹ ਦੇ ਬੰਧਨਾਂ ਵਿੱਚ ਪੂਰੀ ਤਰ੍ਹਾਂ ਜਕੜਿਆ ਪਿਆ। ਵੇਖੋ, ਅਸੀਂ ਮੋਹ ਵਿੱਚ ਬਹੁਤ ਬੱਝੇ ਹਾਂ, ਸੰਸਾਰ ਦਾ ਮੋਹ ਹੀ ਹੈ, ਪਦਾਰਥਾਂ ਦਾ ਮੋਹ ਹੈ, ਪਰਿਵਾਰ ਦਾ ਮੋਹ ਹੈ, ਧਨ ਦੌਲਤ ਦਾ ਮੋਹ ਹੈ। ਜਿਹੜੀ ਚੀਜ਼ ਸਾਡੇ ਕੋਲ ਅਸੀਂ ਉਹਦੇ ਨਾਲ ਮੋਹ ਕਰਕੇ ਜੁੜ ਜਾਂਦੇ ਹਾਂ। ਕੁਝ ਵੀ ਹੋਵੇ, ਕਿਸੇ ਤਰ੍ਹਾਂ ਦੀ ਮਟੀਰੀਅਲ ਭਾਵੇਂ, ਸਾਰਾ ਮਟੀਰੀਅਲ ਹੀ ਹੈ ਟੋਟਲੀ, ਅਸੀਂ ਮਟੀਰੀਅਲ ਵਿੱਚ ਹੀ ਖੁੱਬੇ ਪਏ ਹਾਂ। ਤੇ ਮਾਲਕ ਜੀ ਆਖਦੇ ਆ, ਜਦੋਂ ਤੂੰ ਇਸ ਮਟੀਰੀਅਲ ਵਿੱਚ ਇੰਨਾ ਕੁ ਜਕੜਿਆ ਜਾਂਦਾ, ਤੇ ਹੈ ਤੇ ਸਭ ਕੁਝ ਮਾਇਆ ਦਾ ਰੂਪ ਹੀ। ਫਿਰ ਉੱਤੇ ਭਗਤ ਕਹਿੰਦੇ ਆ ਵੀ ਚਾਹੇ ਇਸ ਪਦਾਰਥਾਂ ਦੇ ਮੋਹ ਵਿੱਚੋਂ ਨਿਕਲਣਾ ਬਹੁਤ ਔਖਾ ਹੈ, ਰੱਬ ਜੀ ਤੁਸੀਂ ਹੀ ਇਸ ਮੋਹ ਦਾ ਜਾਲ ਪਾਇਆ ਬੰਦੇ ਤੇ, ਪਰ ਇੱਕ ਤੁਸੀਂ ਤਰੀਕਾ ਵੀ ਦੱਸਿਆ ਨਾਲ। ਉੱਥੇ ਉਹ ਬਚਨ ਕਰਦੇ ਆ, ਜੋ ਹਮ ਬਾਂਧੇ ਮੋਹ ਹਾਂਸ। ਹੁਣ ਮੋਹ ਦੀਆਂ ਫਾਈਆਂ, ਜੇ ਤੁਸੀਂ ਸਾਨੂੰ ਇਸ ਸੰਸਾਰ ਮੋਹ ਦੀਆਂ ਬੇੜੀਆਂ ਵਿੱਚ, ਮੋਹ ਦੀਆਂ ਫਾਈਆਂ ਵਿੱਚ ਬੰਨਿਆ ਹੋਇਆ ਨਾ ਰੱਬ ਜੀ, ਪਰ ਸਾਨੂੰ ਤਰੀਕਾ ਇੱਕ ਆਉਂਦਾ, ਤੁਸੀਂ ਸਾਨੂੰ ਜੁਗਤ ਦੱਸੀ ਹੋਈ ਹੈ, ਉਹ ਜੁਗਤ ਕਿਹੜੀ ਹੈ? ਜੋ ਹਮ ਬਾਂਧੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਜੇ ਤੁਸੀਂ ਸਾਨੂੰ ਬੰਨਿਆ, ਭਗਤਾਂ ਨੇ ਜੋ ਤੁਹਾਡਾ ਨਾਮ ਜਪਦਿਆ, ਉਹਨਾਂ ਨੇ ਤੁਹਾਨੂੰ ਬੰਨਿਆ ਹੋਇਆ, ਤੇ ਰੱਬ ਆਖਦਾ ਵੀ ਮੈਨੂੰ ਕੌਣ ਬੰਨ ਸਕਦਾ, ਮੈਂ ਦੁਨੀਆਂ ਨੂੰ ਬੰਨ ਸਕਦਾ ਹਾਂ, ਪਰ ਕਿਸੇ ਵਿੱਚ ਤਾਕਤ ਹੈ ਜੋ ਮੈਨੂੰ ਬੰਨ ਕੇ ਦਿਖਾ ਦੇਵੇ? ਤੇ ਫਿਰ ਭਗਤ ਵੀ ਹੱਸ ਕੇ ਆਖਦੇ, ਕਹਿਣ ਲੱਗੇ, ਹਾਂ ਰੱਬ ਜੀ ਹੈ ਤਾਕਤ। ਇਹ ਰੱਬ ਤੇ ਭਗਤ ਦੀ ਆਪਸੀ ਗੱਲਬਾਤ ਹੈ ਤੇ ਪਿਆਰ ਦੀ ਗੱਲਬਾਤ ਹੈ। ਆਖਦਿਆ, ਰੱਬ ਜੀ ਤੁਸੀਂ ਸਾਨੂੰ ਭਾਵੇਂ ਮੋਹ ਦੀਆਂ ਬੇੜੀਆਂ ਵਿੱਚ ਬੰਨ ਦਿੱਤਾ, ਜਿਨ੍ਹਾਂ ਚੋਂ ਛੁੱਟਣਾ ਭਾਵੇਂ ਬਹੁਤ ਔਖਾ ਹੈ,
ਪਰ ਜੇ ਤੁਸੀਂ ਸਾਨੂੰ ਬੰਨ ਸਕਦੇ ਹੋ ਅਸੀਂ ਵੀ ਤੁਹਾਨੂੰ ਬੰਨ ਸਕਦੇ ਹਾਂ। ਅਤੇ ਰੱਬ ਨੂੰ ਆਖਦੇ ਅਸੀਂ ਤੁਹਾਨੂੰ ਬੰਨਿਆ ਆਪਣੇ ਪ੍ਰੇਮ ਦੀਆਂ ਬੇੜੀਆਂ ਦੇ ਨਾਲ, ਜੋ ਹਮ ਬੰਨਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਨਦੇ। ਅਤੇ ਅਗਲਾ ਬਚਨ ਆਖਿਆ ਰੱਬ ਜੀ ਅਸੀਂ ਤੇ ਤੁਹਾਡੀਆਂ ਮੋਹ ਦੀਆਂ ਬੰਨੀਆਂ ਹੋਈਆਂ ਬੇੜੀਆਂ ਚੋਂ ਛੁੱਟ ਜਾਵਾਂਗੇ ਤੁਹਾਡਾ ਨਾਮ ਜਪ ਕੇ। ਪਰ ਤੁਸੀਂ ਜਵਾਬ ਦਿਓ ਤੁਸੀਂ ਸਾਡੇ ਪ੍ਰੇਮ ਦੀਆਂ ਡੋਰੀਆਂ ਵਿੱਚੋਂ ਕਿਵੇਂ ਆਪਣੇ ਆਪ ਨੂੰ ਛੁਡਾਓਗੇ। ਵੇਖੋ ਬੰਦਾ ਰੱਬ ਦੀਆਂ ਬੰਨੀਆਂ ਹੋਈਆਂ ਮੋਹ ਦੀਆਂ ਬੇੜੀਆਂ ਚੋਂ ਛੁੱਟ ਸਕਦਾ ਉਹਦਾ ਨਾਮ ਜਪ ਕੇ, ਰੱਬ ਨਹੀਂ ਛੁੱਟ ਸਕਦਾ। ਜਿਹਨੇ ਪ੍ਰੇਮ ਦੀਆਂ ਡੋਰੀਆਂ ਨਾਲ ਰੱਬ ਨੂੰ ਬੰਨ ਲਿਆ ਨਾ, ਤੇ ਇੱਕ ਹੋਰ ਮੈਂ ਬੇਨਤੀ ਕਰਦੇ ਹਾਂ, ਰੱਬ ਛੁੱਟਣਾ ਵੀ ਨਹੀਂ ਚਾਹੁੰਦਾ। ਇਹ ਵੀ ਗੱਲ ਜੀ, ਇੱਕ ਤੇ ਹੁੰਦਾ ਨਾ ਵੀ ਬੰਦਾ ਯਤਨ ਕਰਦਾ ਜੇ ਉਹ ਜਕੜਿਆ ਪਏ ਬੇੜੀਆਂ ਚ ਆਜ਼ਾਦ ਹੋਣ ਲਈ ਨਾ ਕੋਸ਼ਿਸ਼ ਕਰਦਾ ਵੀ ਮੈਂ ਛੇਤੀ ਤੋਂ ਛੇਤੀ ਮੁਕਤ ਹੋਵਾਂ, ਪਰ ਰੱਬ ਨਹੀਂ ਮੁਕਤ ਹੋਣਾ ਚਾਹੁੰਦਾ। ਰੱਬ ਕਹਿੰਦੇ ਜਿਹੜੀਆਂ ਬੇੜੀਆਂ ਪਿਆਰ ਦੀਆਂ ਵਿੱਚ ਤੂੰ ਮੈਨੂੰ ਬੰਨ ਲਿਆ ਨਾ, ਮੈਂ ਇਹਦੇ ਚ ਸਾਰੀ ਜ਼ਿੰਦਗੀ ਬੰਨਿਆ ਰਹਿਣਾ ਚਾਹੁੰਦਾ, ਕਿਉਂਕਿ ਮੇਰਾ ਰਿਸ਼ਤਾ ਹੀ ਭਗਤ ਦੇ ਨਾਲ ਐਸਾ। ਭਗਤ ਰੱਬ ਨੂੰ ਅਰਾਧ ਕੇ ਮੋਹ ਦੀਆਂ ਬੇੜੀਆਂ ਚੋਂ ਬਚ ਜਾਂਦੇ ਆ, ਪਰ ਰੱਬ ਨਹੀਂ ਛੁੱਟਦਾ। ਤਾਂ ਬਚਨ ਆਖਿਆ ਜੋ ਹਮ ਬੰਨਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਨਦੇ। ਆਪਣੇ ਛੁੱਟਣ ਕੋ ਯਤਨ ਕਰੋ ਤੁਮ, ਹਮ ਛੁੱਟੇ ਤੁਮ ਆਰਾਧੇ। ਰੱਬ ਜੀ ਤੁਸੀਂ ਲੱਭੋ ਤਰੀਕਾ ਕੋਈ ਨਾ ਕੋਈ, ਤੁਸੀਂ ਕਿਵੇਂ ਬਚੋਗੇ ਸਾਡੇ ਤੋਂ, ਅਸੀਂ ਤੇ ਤੁਹਾਡੇ ਨਾਮ ਨੂੰ ਜਪ ਕੇ ਇਹਨਾਂ ਬੇੜੀਆਂ ਚੋਂ ਮੁਕਤ ਹੋ ਜਾਣਾ। ਇਸ ਕਰਕੇ ਤਾਂ ਹੀ ਸਿਆਣੇ ਕਹਿੰਦੇ ਆ ਰੱਬ ਨੂੰ ਜੇ ਅੱਜ ਤੱਕ ਕਿਸੇ ਨੇ ਬੰਨਿਆ ਉਹ ਪ੍ਰੇਮ ਦੀਆਂ ਡੋਰੀਆਂ ਨਾਲ ਬੰਨਿਆ। ਰੱਬ ਨੂੰ ਕੋਈ ਤਾਕਤ ਵਸ ਵਿੱਚ ਨਹੀਂ ਕਰ ਸਕਦੀ, ਪਰ ਰੱਬ ਵਸ ਵਿੱਚ ਹੁੰਦਾ, ਰੱਬ ਪ੍ਰੇਮ ਦੇ ਵਸ ਵਿੱਚ ਹੁੰਦਾ, ਹੋਰ ਕੋਈ ਤਾਕਤ ਨਹੀਂ ਹੈ ਜੋ ਰੱਬ ਨੂੰ ਵਸ ਵਿੱਚ ਕਰ ਸਕੇ। ਤੁਸੀਂ ਰੱਬ ਨੂੰ ਪ੍ਰੇਮ ਦੇ ਵਸ ਵਿੱਚ ਕਰਕੇ ਤੁਸੀਂ ਕੁਝ ਵੀ ਕਰਵਾ ਸਕਦੇ ਹੋ, ਤੇ ਰੱਬ ਹੱਸਦਾ ਹੱਸਦਾ ਸਭ ਕੁਝ ਕਰਦਾ। ਇਹ ਤਾਕਤ ਹੈ ਪ੍ਰੇਮ ਵਿੱਚ। ਪ੍ਰੇਮ ਐਵੇਂ ਨਹੀਂ ਕਿਹਾ ਗੁਰੂ ਗੋਬਿੰਦ ਸਿੰਘ ਨੇ ਵੀ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪਰ ਪਾਇਓ। ਉਹਨਾਂ ਨੇ ਆਖਿਆ ਜੇ ਰੱਬ ਨੂੰ ਪਾਉਣਾ ਤੂੰ ਪਿਆਰ ਕਰ ਉਹਨੂੰ, ਪਿਆਰ ਰੂਹ ਤੋਂ ਕਰ ਉਹਨੂੰ, ਦਿਲ ਤੋਂ ਪਿਆਰ ਕਰ ਉਹਨੂੰ। ਤੇ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਪਿਆਰ ਕੀਤਾ ਤੇ ਵਾਕਿਓ ਉਹਨਾਂ ਨੇ ਰੱਬ ਨੂੰ ਪਾਇਆ। ਸਾਧ ਸੰਗਤ ਸ਼੍ਰੀ ਹਰਗੋਬਿੰਦ ਸੱਚੇ ਪਾਤਸ਼ਾਹ ਨਾ ਚਾਹੇ ਉਹ ਬਹੁਤ ਵੱਡੇ ਯੋਧੇ ਆ, ਪਰ ਉਹ ਪ੍ਰੇਮ ਦੇ ਵਸ ਵਿੱਚ ਜਦੋਂ ਵੱਜ ਜਾਂਦੇ ਹਨ ਆਪਣੇ ਛੁੱਟਦੇ ਨਹੀਂ। ਆਖਦੇ ਆ ਵੀ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੰਮ੍ਰਿਤਸਰ ਦੀ ਧਰਤੀ ਤੇ ਸਨ, ਇੱਕ ਵਾਰ ਮਹਾਰਾਜ ਇੱਕ ਦੁਬਦਾ ਵਿੱਚ ਪੈ ਗਏ। ਚਲੋ ਦੁਬਦਾ ਮੈਂ ਸ਼ਬਦ ਵਰਤ ਦਿੱਤਾ, ਗੁਰੂ ਤੇ ਕਿਸੇ ਦੁਬਦਾ ਵਿੱਚ ਪੈਂਦੇ ਨਹੀਂ ਹੈ, ਪਰ ਇੱਕ ਪ੍ਰੇਮ ਦੀ ਖੇਡ ਐਸੀ ਵਰਤ ਵੀ ਮਹਾਰਾਜ ਕਹਿਣ ਵੀ ਕੀ ਕਰਾਂ, ਇੱਧਰ ਜਾਵਾਂ ਕਿ ਉੱਧਰ ਜਾਵਾਂ। ਸਤਿਗੁਰ ਨੂੰ ਦੋਵਾਂ ਪਾਸਿਆਂ ਤੋਂ ਖਿੱਚ ਪੈ ਰਹੀ ਹੈ। ਇੱਕ ਧਰਤੀ ਹੈ ਜੀ ਡਰੋਲੀ ਮੋਗੇ ਲਾਗੇ, ਇੱਕ ਧਰਤੀ ਹੈ ਉੱਤਰਾਖੰਡ ਵਿੱਚ ਨਾਨਕ ਮਤਾ, ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਗਏ ਸਨ ਨਾਨਕ ਮਤਾ ਸਾਹਿਬ। ਪਹਿਲਾਂ ਉਹਦਾ ਨਾਮ ਗੋਰਖ ਮਤਾ ਸੀ, ਫਿਰ ਮਹਾਰਾਜ ਜਾਂਦੇ ਆ ਜਿੱਥੇ ਸਿੱਧਾਂ ਦੀ ਗੋਸ਼ਟ ਹੋਈ ਹੈ, ਤੇ ਉਹ ਧਰਤੀ ਹੈ ਨਾਨਕ ਮਤਾ ਸਾਹਿਬ।
ਡਰੋਲੀ ਬੈਠੇ ਸਤਿਗੁਰਾਂ ਦਾ ਸਾਂਢੂ ਜਿਹਦਾ ਨਾਮ ਹੈ ਸਾਈਂ ਦਾਸ। ਕਿਉਂਕਿ ਮਹਾਰਾਜ ਦੇ ਮਹਿਲ ਮਾਤਾ ਦਮੋਦਰੀ ਜੀ ਦੋ ਭੈਣਾਂ ਸਨ ਨਾ, ਬੀਬੀ ਰਾਮੋ ਜੀ ਵੱਡੇ ਸਨ ਅਤੇ ਦਮੋਦਰੀ ਜੀ ਛੋਟੇ ਸਨ, ਅਤੇ ਰਾਮੋ ਜੀ ਦਾ ਵਿਆਹ ਹੁੰਦਾ ਸਾਈਂ ਦਾਸ ਨਾਲ, ਅਤੇ ਜੋ ਰਿਸ਼ਤੇ ਵਿੱਚ ਫਿਰ ਮਹਾਰਾਜ ਦੇ ਸਾਂਢੂ ਸਾਹਿਬ ਲੱਗਦੇ ਸਨ। ਉਹ ਬੈਠਾ ਡਰੋਲੀ ਜੀ, ਉਹ ਵੀ ਯਾਦ ਕਰੀ ਜਾਂਦਾ ਉਹਨੇ ਨਵਾਂ ਘਰ ਬਣਾਇਆ, ਅਤੇ ਜਿੱਦਣ ਨਵਾਂ ਘਰ ਬਣ ਕੇ ਤਿਆਰ ਹੋਇਆ, ਘਰ ਬੜਾ ਸੋਹਣਾ ਬਣਿਆ, ਲੋਕ ਪਿੰਡ ਦੇ ਵੇਖਦੇ ਆ ਅਤੇ ਆਖਦੇ ਆ ਸਾਈਂ ਦਾਸ ਕਮਾਲ ਕਰ ਦਿੱਤੀ ਆ, ਵੀ ਉਹੋ ਜਿਹਾ ਘਰ ਤੇ ਬਹੁਤ ਸੋਹਣਾ ਬਣਿਆ। ਉਹਦੇ ਫਿਰ ਮਨ ਵਿੱਚ ਆਉਂਦਾ ਵੀ ਇੰਨਾ ਸੋਹਣਾ ਘਰ, ਉਹ ਆਖਦੇ ਸੋਹਣਾ ਘਰ ਨਹੀਂ ਬਣਿਆ, ਇਹ ਇੰਨੇ ਸੋਹਣਾ ਉਦਣ ਬਣਨਾ ਜਿੱਦਣ ਹਰਗੋਬਿੰਦ ਇੱਥੇ ਆ ਕੇ ਬੈਠਣ। ਉਹਨੇ ਫਿਰ ਪ੍ਰਣ ਕਰ ਲਿਆ ਜੀ ਦੋਵਾਂ ਮੀਆਂ ਬੀਬੀ ਨੇ ਵੀ ਅਸੀਂ ਓਨਾ ਚਿਰ ਘਰ ਵਿੱਚ ਨਹੀਂ ਵੜਨਾ ਅੰਦਰ, ਜਿੰਨਾ ਚਿਰ ਹਰਗੋਬਿੰਦ ਪਾਤਸ਼ਾਹ ਇਸ ਘਰ ਵਿੱਚ ਆ ਕੇ ਚਰਨ ਨਹੀਂ ਪਾਉਂਦੇ। ਉਹਨਾਂ ਨੇ ਤੀ ਦਰਵਾਜ਼ਾ ਬੰਦ ਕਰਤਾ ਜੀ ਉਸ ਨਵੇਂ ਘਰ ਦਾ, ਬਾਹਰ ਬੈਠੇ ਆ, ਸਾਰੀ ਤਿਆਰੀ ਕਰੀ ਆ ਵੀ ਸਤਿਗੁਰ ਤੁਸੀਂ ਆਉਣਾ ਤਾਂ ਅੰਦਰ ਬੈਠਣਾ। ਕਈ ਦਿਨ ਲੰਘ ਗਏ ਸਨ, ਇੱਥੋਂ ਤੱਕ ਬੀਬੀ ਰਾਮੋ ਕਹਿੰਦੀ ਹੈ ਵੀ ਆਪਾਂ ਸੁਨੇਹਾ ਭੇਜਦੀ ਉਹਨਾਂ ਨੂੰ ਵੀ ਆ ਜਾਣਗੇ, ਚਿੱਠੀਆਂ ਲਿਖਦੀ ਹੈ ਸਾਈਂ ਦਾਸ ਆ ਕੇ, ਅਤੇ ਚਿੱਠੀਆਂ ਲਿਖ ਕੇ ਬੁਲਾਇਆ ਅਤੇ ਕੀ ਬੁਲਾਇਆ, ਫਿਰ ਕਾਹਦਾ ਪਿਆਰ ਹੋਇਆ। ਆਖਦਾ ਪਿਆਰ ਤੇ ਹੈ, ਉਹ ਅੰਦਰ ਦੀਆਂ ਜਾਣਨਗੇ, ਪਿਆਰ ਦੀ ਖਿੱਚ ਨਾਲ ਇੱਥੇ ਪਹੁੰਚਣਗੇ। ਹੁਣ ਹਰਗੋਬਿੰਦ ਮਹਾਰਾਜ ਬੈਠਿਆ ਅੰਮ੍ਰਿਤਸਰ, ਇੱਧਰੋਂ ਸਾਈਂ ਦਾਸ ਤਰਲੇ ਤੇ ਤਰਲੇ, ਹੁਣ ਇੱਧਰ ਨਾਨਕ ਮਾਤਾ ਸਾਹਿਬ ਬੈਠਾ ਅਲਮਸਤ ਫਕੀਰ ਉੱਥੇ ਬੈਠਾ ਸਾਧ ਸੰਗਤ, ਉੱਥੇ ਸਿੱਧਾਂ ਨੇ ਕਬਜ਼ਾ ਦੁਆਰਾ ਕੀਤਾ ਸੀ ਨਾਨਕ ਮਤੇ। ਉੱਥੇ ਰੁੱਖ ਸੀ ਜੀ ਪਿੱਪਲ ਦਾ, ਜਿਸ ਰੁੱਖ ਨੂੰ ਮਹਾਰਾਜ ਨੇ ਹਵਾ ਵਿੱਚ ਰੋਕ ਦਿੱਤਾ ਸੀ, ਜਦੋਂ ਸਿੱਧਾਂ ਨੇ ਰੁੱਖ ਨੂੰ ਉਡਾਇਆ ਆਪਣੀ ਤਾਕਤ ਵਿਖਾਈ ਤੇ ਮਹਾਰਾਜ ਨੇ ਹੱਥ ਲਾ ਕੇ ਰੁੱਖ ਨੂੰ ਉੱਥੇ ਹੀ ਰੋਕ ਦਿੱਤਾ, ਜਾਮ ਕਰ ਦਿੱਤਾ, ਉਹ ਹਿੱਲਿਆ ਨਹੀਂ ਸੀ ਬਾਅਦ ਚੋਂ। ਉਹ ਦਰਖਤ ਕਹਿੰਦੇ ਵੀ ਅਜੇ ਵੀ ਉਸੇ ਤਰ੍ਹਾਂ ਮੌਜੂਦ ਹੈ, ਉਹ ਅੱਜ ਵੀ ਧਰਤੀ ਤੋਂ ਉੱਚਾ ਹੈ, ਚਲੋ ਹੁਣ ਹੇਠਾਂ ਉਹਨੇ ਮਿੱਟੀ ਲਾ ਦਿੱਤੀ ਹੈ, 5 ਫੁੱਟ ਉੱਚਾ ਹੈ ਉਹ। ਤੇ ਉਸ ਦਰਖਤ ਨੂੰ ਉਹਨਾਂ ਨੇ ਸਿੱਧਾਂ ਨੇ ਦੁਆਰਾ ਕਬਜ਼ਾ ਕੀਤਾ ਉੱਥੇ ਆ ਕੇ, ਫਿਰ ਇਕੱਲਾ ਅਲਮਸਤ ਉੱਥੇ ਡਟਦਾ। ਅਲਮਸਤ ਕਹਿੰਦੇ ਮੇਰੇ ਨਾਨਕ ਦੀ ਥਾਂ ਏ, ਇੱਥੇ ਅਸੀਂ ਜਪ ਤਪ ਕਰਨਾ, ਉੱਥੇ ਬੰਦਗੀ ਕਰਦਾ ਜੀ, ਬਹਿ ਕੇ ਧੂਫ ਤਖਾਉਂਦਾ, ਪੂਜਾ ਕਰਦਾ ਉਸ ਪਿੱਪਲ ਦੇ ਰੁੱਖ ਹੇਠਾਂ ਬਹਿ ਕੇ। ਉਹ ਆਖਦੇ ਸਾਡੇ ਬਾਬੇ ਦੀ ਥਾਂ ਏ। ਸਿੱਧਾਂ ਨੇ ਆਖਿਆ ਕਿਹੜਾ ਤੁਹਾਡਾ ਬਾਬਾ, ਇਹ ਸਾਡੀ ਥਾਂ ਸਾਡੇ ਗੋਰਖਨਾਥ ਦੀ ਹੈ। ਉਹ ਆਖਦਾ ਰੁੱਖ ਵੇਖੋ, ਆ ਪਿੱਪਲ ਦਾ, ਆ ਰੀਠੇ ਦਾ ਰੁੱਖ, ਲਾਗੇ ਰਾਗੇ ਰੁੱਖ ਸਮਝੋ ਰੀਠੇ ਦਾ ਵੀ, ਜਿਹਨੂੰ ਜਿਹੜੇ ਰੀਠੇ ਮਹਾਰਾਜ ਨੇ ਕੌੜੇ ਤੋਂ ਮਿੱਠੇ ਕੀਤੇ ਸਨ। ਇੱਕ ਪਾਸਾ ਉਸ ਰੀਠੇ ਦੇ ਰੁੱਖ ਦਾ ਮਿੱਠਾ ਸੀ, ਦੂਜਾ ਪਾਸਾ ਕੌੜਾ ਸੀ। ਜਿੱਧਰ ਗੁਰੂ ਸਾਹਿਬ ਬੈਠੇ ਸਨ ਉਸ ਪਾਸੇ ਦੇ ਸਾਰੇ ਰੀਠੇ ਮਿੱਠੇ ਸਨ, ਜਿੱਧਰ ਸਿੱਧ ਬੈਠੇ ਸਨ ਸਾਰੇ ਰੀਠੇ ਕੌੜੇ ਸਨ ਉੱਧਰ। ਤੇ ਜਦੋਂ ਉਹ ਅਲਮਸਤ ਕਹਿੰਦੇ ਵੀ ਆਹ ਰੁੱਖ ਮੇਰੇ ਬਾਬੇ ਦੀ ਨਿਸ਼ਾਨੀ ਹੈ, ਵੀ ਇੱਥੇ ਸਤਿਗੁਰੂ ਆ ਕੇ ਬੈਠੇ ਆ, ਸਿੱਧ ਆਖਦੇ ਅੱਛਾ ਤੂੰ ਇਹਨਾਂ ਦੀ ਗੱਲ ਕਰਦੇ ਮੈਂ ਨਿਸ਼ਾਨੀ ਆ। ਉਹਨਾਂ ਨੇ ਜੀ ਅੱਗ ਲਾ ਕੇ ਸਾਲੇ ਰੋਕੋ, ਉਹ ਕਹਿੰਦੇ ਸੀ ਨਿਸ਼ਾਨੀ ਹੀ ਖਤਮ ਕਰ ਦਿਆਂਗੇ। ਤੇ ਕਹਿੰਦੇ ਆ ਵੀ ਜਿਹੜੇ ਉਸ ਦਰਖਤ ਦੇ ਪੱਤੇ ਸਨ ਨਾ ਜੀ ਪਿੱਪਲ ਦੇ, ਉਹ ਉਹਨਾਂ ਪੱਤਿਆਂ ਤੇ ਗੁਰੂ ਨਾਨਕ ਜੀ ਦੇ ਨਿਸ਼ਾਨੀ ਸੀ, ਹੱਥਾਂ ਦੀ ਮਹਾਰਾਜ ਦੇ ਨਿਸ਼ਾਨ ਸਨ ਉਹਨਾਂ ਸਾਰੇ ਪੱਤਿਆਂ ਤੇ ਗੁਰੂ ਨਾਨਕ ਜੀ ਦੇ ਹੱਥਾਂ ਤੇ। ਫਿਰ ਸਿੱਧਾਂ ਨੇ ਉਹਨੂੰ ਸਾੜਿਆ ਸਾਰੇ ਦਰਖਤ ਨੂੰ ਪਿੱਪਲ ਦੇ, ਫਿਰ ਅਲਮਸਤ ਉੱਥੇ ਬੈਠਦਾ। ਉਹ ਫਿਰ ਆਖਦਾ ਹਰਗੋਬਿੰਦ ਪਾਤਸ਼ਾਹ
ਹੁਣ ਤੁਹਾਨੂੰ ਇੱਥੇ ਆਉਣਾ ਪੈਣਾ। ਜੇ ਤੁਸੀਂ ਨਾ ਆਏ, ਇਹਨਾਂ ਨੇ ਗੁਰੂ ਨਾਨਕ ਦੀ ਧਰਤੀ 'ਤੇ ਕਬਜ਼ਾ ਕਰ ਲੈਣਾ। ਹੁਣ ਤੁਹਾਨੂੰ ਆਉਣਾ ਹੀ ਪੈਣਾ। ਜੇ ਉਹ ਦਿਨ ਰਾਤ ਬੰਦਗੀ ਕਰਦਾ ਉੱਥੇ ਬਹਿ ਕੇ ਇਕੱਲਾ, ਸਿੱਧ ਬਹੁਤ ਆ ਗਿਣਤੀ ਵਿੱਚ, ਅਤੇ ਫਿਰ ਇੱਧਰੋਂ ਖਿੱਚ ਪੈਂਦੀ ਅਲਮਸਤ ਦੀ ਅਤੇ ਇੱਧਰੋਂ ਖਿੱਚ ਪੈਂਦੀ ਹੈ ਸਾਈਂ ਦਾਸ ਦੀ। ਮਹਾਰਾਜ ਉਲਝ ਗਏ, ਮੈਂ ਇੱਧਰ ਜਾਵਾਂ ਕਿ ਉੱਧਰ ਜਾਵਾਂ। ਇਹ ਵੀ ਪਿਆਰ ਕਰਦਾ ਅਤੇ ਪਿਆਰ ਉਹ ਵੀ ਕਰਦਾ। ਨਾਨਕ ਮਾਤਾ ਦੂਰ ਬਹੁਤ ਹੈ, ਡਰੋਲੀ ਲਾਗੇ ਹੈ। ਫਿਰ ਮਹਾਰਾਜ ਮਾਤਾ ਜੀ ਨੂੰ ਪੁੱਛਦੇ ਆ ਕਿ ਮਾਤਾ ਜੀ ਮੈਂ ਕੀ ਕਰਾਂ। ਸਾਈਂ ਦਾਸ ਵੀ ਪਿਆਰ ਵਿੱਚ ਬੈਠੇ, ਉਹ ਘਰ ਵਿੱਚ ਅੰਦਰ ਜਾਂਦਾ ਨਹੀਂ ਪਿਆ, ਅਤੇ ਉੱਧਰ ਅਲਮਸਤ ਇਕੱਲਾ ਬੈਠਾ, ਉਹ ਗੁਰੂ ਨਾਨਕ ਦੀ ਧਰਤੀ ਹੈ। ਫਿਰ ਮਾਤਾ ਜੀ ਇਹ ਗੱਲ ਕਹਿੰਦੇ ਆ, ਹਰਗੋਬਿੰਦ ਤੂੰ ਸਮਰੱਥ ਹੈ, ਤੈਨੂੰ ਪਤਾ ਤੂੰ ਕੀ ਕਰਨਾ, ਪਰ ਜੇ ਤੂੰ ਮੈਨੂੰ ਪੁੱਛਦਾ, ਤੇਰਾ ਸਭ ਤੋਂ ਪਹਿਲਾਂ ਨਾਨਕ ਮਤੇ ਜਾਣਾ ਬਣਦਾ, ਕਿਉਂਕਿ ਉਹ ਧਰਤੀ ਗੁਰੂ ਨਾਨਕ ਦੀ ਹੈ। ਤੂੰ ਗੁਰੂ ਨਾਨਕ ਦੀ ਗੱਦੀ 'ਤੇ ਬੈਠਾ, ਜੇ ਗੁਰੂ ਨਾਨਕ ਦੀ ਥਾਂ ਦੀ ਬੇਅਦਬੀ ਹੋ ਗਈ, ਇਹ ਫਿਰ ਕਦੀ ਸਹੀ ਨਹੀਂ ਕੀਤਾ ਜਾਏਗਾ। ਤੈਨੂੰ ਅਲਮਸਤ ਕੋਲ ਜਾਣਾ ਬਣਦਾ, ਹਾਂ ਤੈਨੂੰ ਉੱਥੇ ਵਕਤ ਬਹੁਤ ਲੱਗਣਾ। ਉਹਨਾਂ ਚਿਰ ਫਿਰ ਮਹਾਰਾਜ ਇਹ ਗੱਲ ਕਹਿੰਦੇ ਆ, ਮਾਤਾ ਜੀ ਮੈਂ ਜਾਵਾਂਗਾ ਨਾਨਕ ਮਤਾ ਸਾਹਿਬ, ਤੁਸੀਂ ਜਾਓਗੇ ਡਰੋਲੀ। ਸਾਈਂ ਦਾਸ ਨੂੰ ਹੌਸਲਾ ਹੋ ਜਾਏਗਾ ਕਿ ਮੇਰਾ ਹਰਗੋਬਿੰਦ ਦਾ ਪਰਿਵਾਰ ਆ ਗਿਆ। ਫਿਰ ਮਹਾਰਾਜ ਪਹਿਲਾਂ ਮਾਤਾ ਜੀ ਨੂੰ ਡਰੋਲੀ ਭੇਜਦੇ ਆ, ਨਾਲ ਦੋਵੇਂ ਮਹਿਲ ਭੇਜੇ, ਨਾਨਕੀ ਜੀ ਅਤੇ ਮਾਤਾ ਦਮੋਦਰੀ ਜੀ, ਅਤੇ ਮਹਾਰਾਜ ਫਿਰ ਆਪ ਜਾਂਦੇ ਆ ਜੀ ਅਲਮਸਤ ਕੋਲ, ਨਾਨਕ ਮਾਤਾ ਸਾਹਿਬ ਦੀ ਧਰਤੀ 'ਤੇ। ਅਤੇ ਜਦੋਂ ਅਲਮਸਤ ਦੇਖਦਾ, ਫਿਰ ਉੱਥੇ ਮਹਾਰਾਜ ਆਖਦੇ, ਅਲਮਸਤ ਮੈਂ ਤੇਰੇ ਪ੍ਰੇਮ ਦਾ ਬੱਜਾ ਹੋਇਆ ਇੱਥੇ ਆਇਆ। ਭਾਵ ਜਦੋਂ ਪ੍ਰੇਮ ਦੀ ਖਿੱਚ ਪੈਂਦੀ ਹੈ, ਉਹ ਸੁਨੇਹੇ ਨਹੀਂ ਭੇਜੇ ਜਾਂਦੇ, ਉਹ ਖਿੱਚ ਅੰਦਰੋਂ ਪੈਂਦੀ ਹੈ। ਯਾਦ ਰੱਖਿਓ, ਜੇ ਸਿੱਖ ਤੜਫਦਾ ਨਾ ਪਿਆਰ ਵਿੱਚ, ਤੇ ਉੱਥੇ ਗੁਰੂ ਵੀ ਤੜਫਦਾ ਪਿਆਰ ਵਿੱਚ। ਪਿਆਰ ਦੋਵੇਂ ਪਾਸੇ ਹੈ। ਗੁਰਬਾਣੀ ਵਿੱਚ ਵੈਸੇ ਪਿਆਰ ਦੀ ਗੱਲ ਬਹੁਤ ਕੀਤੀ ਹੈ, ਜਿੰਨੀ ਗੱਲ ਪਿਆਰ ਦੀ ਕੀਤੀ ਹੈ ਉਦਾਹਰਨਾਂ ਬਹੁਤ ਦਿੱਤੀਆਂ ਨੇ, ਉਹ ਸਾਰੀਆਂ ਉਦਾਹਰਨਾਂ ਇੱਕ ਤਰਫਾ ਪਿਆਰ ਦੀਆਂ ਨੇ, ਇੱਕ ਤਰਫਾ ਪਿਆਰ ਦੀਆਂ। ਜਿਵੇਂ ਮੱਛੀ ਤੇ ਪਾਣੀ ਦੀ ਉਦਾਹਰਨ ਮਿਲਦੀ ਹੈ, ਚੰਨ ਤੇ ਚਕੋਰ ਦੀ ਉਦਾਹਰਨ ਮਿਲਦੀ ਹੈ, ਇਹ ਪਤੰਗੇ ਤੇ ਸ਼ਮਾਂ ਦੀ ਉਦਾਹਰਨ ਮਿਲਦੀ ਹੈ, ਸਾਰੀਆਂ ਉਦਾਹਰਨਾਂ ਬਾਣੀ ਵਿੱਚ ਆਈਆਂ ਨੇ। ਜਿਵੇਂ ਮਹਾਰਾਜ ਕਹਿੰਦੇ, ਐਸੀ ਹਰਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ, ਬੜੀਆਂ ਉਦਾਹਰਨਾਂ। ਪਰ ਇਹ ਸਾਰੀਆਂ ਉਦਾਹਰਨਾਂ ਇੱਕ ਤਰਫਾ ਪਿਆਰ ਆ। ਮੱਛੀ ਪਾਣੀ ਨਾਲ ਪਿਆਰ ਕਰਦੀ ਹੈ, ਪਾਣੀ ਮੱਛੀ ਨਾਲ ਪਿਆਰ ਨਹੀਂ ਕਰਦਾ ਕਦੀ ਵੀ। ਪਾਣੀ ਨੂੰ ਕੋਈ ਫਰਕ ਨਹੀਂ ਪੈਂਦਾ, ਮੱਛੀ ਜਿਵੇਂ ਭਾਵੇਂ ਮਰੇ। ਉਹਨੇ ਕਦੀ ਨਹੀਂ ਮੱਛੀ ਨੂੰ ਅੱਜ ਤੱਕ ਕਿਹਾ ਵੀ ਮੱਛੀ ਇਹ ਸ਼ਿਕਾਰੀ ਨੇ ਜਾਲ ਸੁੱਟ ਦਿੱਤਾ, ਤੂੰ ਦੂਜੇ ਪਾਸੇ ਚਲੀ ਜਾ, ਕਿਹਾ ਉਹਨੇ ਅੱਜ ਤੱਕ? ਕਦੀ ਨਹੀਂ ਕਿਹਾ। ਉਹਨੂੰ ਫਰਕ ਹੀ ਨਹੀਂ ਪੈਂਦਾ ਕੋਈ, ਕਿਉਂਕਿ ਪਿਆਰ ਇੱਕ ਤਰਫ ਹੈ। ਮੱਛੀ ਕਰਦੀ ਹੈ, ਉਹ ਪਾਣੀ ਬਿਨਾਂ ਨਹੀਂ ਰਹਿ ਸਕਦੀ, ਮਰ ਜਾਂਦੀ ਹੈ। ਉਸੇ ਤਰ੍ਹਾਂ ਸ਼ਮਾਂ ਅਤੇ ਪਰਵਾਨਾ, ਪਰਵਾਨਾ ਸ਼ਮਾਂ ਨੂੰ ਪਿਆਰ ਕਰਦਾ, ਪਰਵਾਨਾ ਸ਼ਮਾਂ 'ਤੇ ਸੜ ਜਾਂਦਾ, ਪਰ ਸ਼ਮਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਸੜੇ ਭਾਵੇਂ ਜੀਵੇ। ਉਹਨੇ ਕਦੀ ਨਹੀਂ ਕਿਹਾ ਤੂੰ ਮੇਰੇ ਲਾਗ ਕੇ ਨਾ, ਮੈਂ ਤੇਰੇ ਖੰਭ ਸਾੜ ਦੇਣੇ, ਕਹਿੰਦੀ ਨਹੀਂ ਉਹ। ਉਸੇ ਤਰ੍ਹਾਂ ਚੰਦਰਮਾ ਅਤੇ ਚੰਨ, ਚਕੋਰ ਚੰਦਰਮਾ ਨੂੰ ਪਿਆਰ ਕਰਦੀ ਹੈ, ਪਰ ਚੰਨ ਨਹੀਂ ਪਿਆਰ ਕਰਦਾ ਚਕੋਰ ਨੂੰ। ਇਸ ਕਰਕੇ ਪਰ ਗੁਰੂ ਅਤੇ ਸਿੱਖ ਦਾ ਪਿਆਰ ਇੱਕ ਤਰਫਾ ਨਹੀਂ ਹੈ, ਇਹ ਦੋ ਤਰਫਾ ਪਿਆਰ ਹੈ। ਜੇ ਸਿੱਖ ਗੁਰੂ ਨੂੰ ਪਿਆਰ ਕਰਦਾ ਹੈ, ਤੇ ਯਾਦ ਰੱਖਿਓ ਗੁਰੂ ਨੂੰ ਸਿੱਖ
ਸਿੱਖ ਗੁਰੂ ਸਿੱਖ ਨੂੰ ਉਹ ਤੋਂ ਕਈ ਗੁਣਾ ਵੱਧ ਪਿਆਰ ਕਰਦਾ ਹੈ। ਭਾਈ ਗੁਰਦਾਸ ਨੇ ਤਾਂ ਹੀ ਆਖਿਆ ਸੀ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਤੂੰ ਪਿਆਰ ਦਾ ਇੱਕ ਕਦਮ ਪੁੱਟ ਗੁਰੂ ਵੱਲ ਹੋਏ, ਗੁਰੂ ਕਰੋੜਾਂ ਕਦਮ ਤੇਰੇ ਵੱਲ ਪੁੱਟੇਗਾ। ਤੂੰ ਚੱਲ ਤੇ ਸੀ ਗੁਰੂ ਵੱਲ ਪਿਆਰ ਨਾਲ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਆਹ ਹੈ ਦੋ ਤਰਫਾ ਪਿਆਰ, ਜਿਹਨੂੰ ਦਵੈ ਅੰਗੀ ਪਿਆਰ ਕਹਿੰਦੇ ਆ। ਵੈਸੇ ਪਿਆਰ ਕਈ ਤਰ੍ਹਾਂ ਦਾ ਹੁੰਦਾ ਹੈ। ਇੱਕ ਇਸ਼ਕ ਦੀ ਗੱਲ ਮਹਾਰਾਜ ਨੇ ਕੀਤੀ ਹੈ, ਬਾਬਾ ਫਰੀਦ ਸਾਹਿਬ ਜੀ ਨੇ ਜਦੋਂ ਪਿਆਰ ਖੁਦਾ ਨਾਲ ਕੀਤਾ ਤੇ ਉਹਨੇ ਆਖਿਆ ਨਾ ਮੇਰਾ ਇਸ਼ਕ ਹੈ ਉਹ ਇਬਾਦਤ ਹੈ ਮੇਰਾ। ਉਹ ਆਖਦੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਇਹ ਹਕੀਕੀ ਇਸ਼ਕ ਹੈ। ਇੱਕ ਮਜਾਜੀ ਇਸ਼ਕ ਹੁੰਦਾ, ਇੱਕ ਹਕੀਕੀ ਇਸ਼ਕ ਹੁੰਦਾ ਹੈ। ਜਿਹੜਾ ਭਗਤਾਂ ਨੇ ਰੱਬ ਨੂੰ ਕੀਤਾ ਹੈ ਜੀ, ਉਹ ਹਕੀਕੀ ਇਸ਼ਕ ਹੈ। ਤੇ ਸਤਿਗੁਰ ਆਖਦਿਆ ਇਹੀ ਪਿਆਰ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਮਹਾਰਾਜ ਆਖਦਿਆ ਇਸ ਕਰਕੇ ਦਵੈ ਅੰਗੀ ਪਿਆਰ ਹੈ, ਸਿੱਖ ਤੇ ਗੁਰੂ ਦਾ, ਮੁਰੀਦ ਤੇ ਮੁਰਸ਼ਿਦ ਦਾ। ਜੇ ਕੋਈ ਸਿੱਖ ਗੁਰੂ ਨੂੰ ਪਿਆਰ ਕਰਦਾ, ਭਗਤ ਕਰਦਾ, ਤੇ ਗੁਰੂ ਜਾਂ ਰੱਬ ਭਗਤ ਨੂੰ ਕਈ ਗੁਣਾ ਵੱਧ ਪਿਆਰ ਕਰਦਾ। ਇੱਥੇ ਮਹਾਰਾਜ ਉਹੀ ਗੱਲ ਕਹਿ ਰਹੇ ਆ। ਸਤਿਗੁਰ ਜੀ ਆਖਦਿਆ ਪ੍ਰੇਮ ਦੇ ਬੰਧਨਾਂ ਚੋਂ ਗੁਰੂ ਨਹੀਂ ਛੁੱਟਦਾ ਕਦੇ, ਉਹ ਛੁੱਟਣਾ ਚਾਹੁੰਦਾ ਵੀ ਨਹੀਂ। ਤੇ ਪਰ ਭਗਤ ਉਹਦਾ ਨਾਮ ਜਪ ਕੇ ਮਾਇਆ ਦੇ ਵਿਕਾਰਾਂ ਦੇ ਬੰਧਨਾਂ ਚੋਂ ਆਪਣੇ ਆਪ ਨੂੰ ਛੁੜਾ ਲੈਂਦੇ ਆ। ਇੱਥੇ ਤਾਂ ਆਖਿਆ ਸੇ ਮੁਗਤ ਭਏ ਜਿਨ ਹਰ ਧਿਆਇਆ ਜੀਉ, ਤਿੰਨ ਟੂਟੀ ਜਮਕੀ ਫਾਸੀ। ਉਹਨਾਂ ਦੀਆਂ ਜਮਾਂ ਦੀਆਂ ਫਾਈਆਂ ਟੁੱਟ ਗਈਆਂ। ਫਿਰ ਆਖਿਆ ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀਉ। ਇੱਕ ਚੌਥੇ ਪਦੇ ਵਿੱਚ, ਤੀਸਰੇ ਪਦੇ ਵਿੱਚ ਜੀਉ ਸ਼ਬਦ ਹੀ ਆਏਗਾ, ਜੀ ਸ਼ਬਦ ਨਹੀਂ ਆਏਗਾ। ਜੋ ਤੁਸੀਂ ਪਾਠ ਕਰਨਾ ਹੈ ਨਾ ਕਦੇ ਵੀ, ਖਾਸ ਕਰਕੇ ਜੇ ਤੁਸੀਂ ਆਸਾ ਰਾਗ ਨੂੰ ਪੜ੍ਹੋ, ਥੋੜ੍ਹਾ ਜਿਹਾ ਇੱਥੇ ਧਿਆਨ ਰੱਖਿਓ ਵੀ ਇਹ ਰਹਿਰਾਸ ਸਾਹਿਬ ਤੋਂ ਵੱਖਰਾ ਹੈ ਥੋੜ੍ਹਾ ਜਿਹਾ। ਬਸ ਕਈ ਵਾਰ ਸਾਡੇ ਮੂੰਹ 'ਤੇ ਸ਼ਬਦ ਚੜਿਆ ਹੁੰਦਾ ਨਾ, ਅਸੀਂ ਉਹੀ ਬੋਲ ਦਿੰਦੇ ਹਾਂ। ਇੱਥੇ ਫਰਕ ਹੈ ਉਸ ਸ਼ਬਦ ਵਿੱਚ ਅਤੇ ਇਸ ਸ਼ਬਦ ਵਿੱਚ। ਇੱਥੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਿਰਭਉ ਨੂੰ ਧਿਆਇਆ, ਨਿਰਭਉ ਰੱਬ ਹੈ, ਉਹਨੂੰ ਨਿਰਭਉ ਦਾ ਅਰਥ ਹੈ ਉਹਨੂੰ ਕਿਸੇ ਦਾ ਭਉ ਨਹੀਂ ਹੈ, ਕਿਸੇ ਦਾ ਡਰ ਨਹੀਂ ਹੈ ਉਹਨੂੰ। ਦੁਨੀਆਂ ਉਹਦੇ ਡਰ ਵਿੱਚ ਹੈ, ਰੱਬ ਕਿਸੇ ਤੋਂ ਨਹੀਂ ਡਰਦਾ, ਕਿਸੇ ਦਾ ਭਉ ਨਹੀਂ ਹੈ ਪਰਮਾਤਮਾ। ਤੇ ਜਿਹੜੇ ਉਸ ਨਿਰਭਉ ਨੂੰ ਆਰਾਧਦੇ ਆ ਨਾ ਜੀ, ਯਾਦ ਰੱਖਿਓ ਉਹ ਵੀ ਨਿਰਭਉ ਹੋ ਜਾਂਦੇ ਆ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀਉ, ਤਿੰਨ ਕਾ ਭਉ ਸਭ ਗਵਾਸੀ। ਉਹਨਾਂ ਦੇ ਜੀਵਨ ਦੇ ਸਾਰੇ ਡਰ ਮੁੱਕ ਜਾਂਦੇ ਆ। ਸਭ ਤੋਂ ਵੱਡਾ ਡਰ ਮੌਤ ਦਾ, ਫਿਰ ਸਭ ਤੋਂ ਵੱਡਾ ਡਰ ਹੈ ਜਨਮ ਅਤੇ ਮਰਨ ਦਾ। ਤੇ ਭਗਤ ਦੀ ਜ਼ਿੰਦਗੀ ਵਿੱਚੋਂ ਮੌਤ ਦਾ ਡਰ ਵੀ ਮੁੱਕਦਾ, ਉਹ ਮਰਨ ਤੋਂ ਨਹੀਂ ਡਰਦਾ, ਤੇ ਜਨਮ ਅਤੇ ਮਰਨ ਦਾ ਡਰ ਵੀ ਮੁੱਕ ਜਾਂਦਾ ਉਹਦੀ ਜ਼ਿੰਦਗੀ ਚੋਂ। ਫਿਰ ਅੱਗੇ ਆਖਦੇ ਆ ਜਿਨ ਸੇਵਿਆ ਮੇਰਾ ਹਰ ਜੀਉ, ਤੇ ਹਰ ਹਰ ਰੂਪ ਸਮਾਸੀ। ਜਿਨ੍ਹਾਂ ਨੇ ਪਰਮਾਤਮਾ ਦੀ ਸੇਵਾ ਕੀਤੀ ਹੈ, ਮਾਲਕ ਦੇ ਚਰਨਾਂ ਵਿੱਚ ਬੈਠ ਕੇ ਨਾਮ ਜਪਿਆ ਹੈ, ਹਜ਼ੂਰ ਆਖਦਿਆ ਉਹ ਉਸੇ ਹੀ ਪਰਮਾਤਮਾ ਦੇ ਰੂਪ ਵਿੱਚ ਸਮਾ ਜਾਂਦੇ ਆ। ਤੇ ਹਰ ਹਰ ਰੂਪ ਸਮਾਸੀ, ਸਮਾਸੀ ਤੋਂ ਭਾਵ ਹੈ ਹਰੀ ਦੇ ਰੂਪ ਨਾਲ ਇੱਕ ਮਿੱਕ ਹੋ ਗਏ।
ਇੱਕ ਦੋਵੇਂ ਕਰੋ ਹੋ ਗਏ, ਜਿਹਨੂੰ ਗੁਰੂ ਸਾਹਿਬ ਕਹਿੰਦੇ ਆ ਹਰ ਤੇ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾ। ਨਾਮ ਜਪਣ ਵਾਲਾ ਨਾਮੀ ਦਾ ਹੀ ਰੂਪ ਹੋ ਜਾਂਦਾ ਹੈ ਜਦੋਂ ਉਹ ਸ਼ਿਖਰ ਤੇ ਪਹੁੰਚਦਾ ਹੈ। ਸਤਿਗੁਰੂ ਜੀ ਫਿਰ ਅੱਗੇ ਆਖਦਿਆ, ਸੇ ਧਨ ਜਿਨ ਹਰਤਿਆਇਆ ਜੀਉ, ਜਨ ਨਾਨਕ ਤਿੰਨ ਬਲ ਜਾਸੀ। ਉਹ ਧਨ ਨੇ, ਧੰਤਾ ਦੇ ਯੋਗ ਨੇ, ਜਿਨ੍ਹਾਂ ਨੇ ਹਰੀ ਦਾ ਨਾਮ ਧਿਆਇਆ, ਤੇ ਮੈਂ ਉਹਨਾਂ ਤੋਂ ਵਾਰ ਵਾਰ ਸਦਕੇ ਜਾਵਾਂ, ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਫਿਰ ਚੌਥੇ ਪਦੇ 'ਚ ਕਹਿੰਦੇ ਆ ਜੀ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਹੇ ਬੇਅੰਤ ਪ੍ਰਭੂ ਜੀ, ਤੁਹਾਡੀ ਭਗਤੀ ਦੇ ਭੰਡਾਰੇ ਭਰੇ ਪਏ ਆ, ਤੁਹਾਡੀ ਭਗਤੀ ਕਦੀ ਮੁੱਕ ਨਹੀਂ ਸਕਦੀ, ਇੰਨੇ ਕੁ ਵੱਡੇ ਖਜ਼ਾਨੇ ਨੇ ਤੁਹਾਡੇ ਕੋਲ। ਤੇਰੀ ਭਗਤ, ਤੁਸੀਂ ਦੇਖਿਓ ਇੱਥੇ ਜਿਹੜਾ ਭਗਤ ਹੈ ਨਾ, ਉਚਾਰਨ ਭਗਤ ਹੈ, ਪਰ ਇਹਦੀ ਜਿਹੜੀ ਸਪੈਲਿੰਗ ਨੇ ਉਹ ਨੇ ਭੱਬਾ ਗੱਗਾ ਤੱਤੇ ਨੂੰ ਸਿਹਾਰੀ ਹੈ। ਤਿੰਨ ਰੂਪਾਂ ਵਿੱਚ ਭਗਤ ਆਉਂਦਾ, ਭੱਬਾ ਗੱਗਾ ਤੱਤਾ, ਤਿੰਨੇ ਮੁਕਤੇ। ਫਿਰ ਆਏਗਾ ਭੱਬਾ ਗੱਗਾ ਤੱਤਾ ਤੱਤੇ ਨੂੰ ਔਂਕੜ, ਫਿਰ ਆਏਗਾ ਭੱਬਾ ਗੱਗਾ ਤੱਤੇ ਨੂੰ ਸਿਹਾਰੀ। ਉਚਾਰਨ ਇੱਕੋ ਹੋਏਗਾ ਸੇਮ, ਉਹਨੂੰ ਵੀ ਭਗਤ ਕਹਾਂਗੇ, ਦੂਜੇ ਨੂੰ ਭਗਤ, ਤੀਜੇ ਨੂੰ ਵੀ ਭਗਤ, ਪਰ ਅਰਥ ਬਦਲਣਗੇ ਇਹਨਾਂ ਦੇ। ਕਿਵੇਂ? ਇੱਥੇ ਹੈ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਇੱਥੇ ਭਗਤ ਦਾ ਅਰਥ ਹੈ ਭਗਤੀ। ਇੱਕ ਭਗਤ ਹੈ ਨਾਮ ਜਪਣ ਵਾਲਾ, ਭਗਤੀ ਕਰਨ ਵਾਲਾ, ਉਚਾਰਨ ਸੇਮ ਹੈ ਭਗਤ, ਪਰ ਇੱਥੇ ਭਗਤ ਦਾ ਅਰਥ ਭਗਤੀ ਹੈ, ਕਿਉਂਕਿ ਤੱਤੇ ਨੂੰ ਸਿਹਾਰੀ ਹੈ। ਜਦੋਂ ਤੱਤੇ ਨੂੰ ਸਿਹਾਰੀ ਆ ਜਾਏਗੀ, ਉਹਦੇ ਅਰਥ ਹੋਣਗੇ ਭਗਤੀ, ਕਿ ਤੇਰੀ ਭਗਤੀ ਦੇ ਭੰਡਾਰੇ ਮਹਾਰਾਜ ਭਰੇ ਪਏ ਆ। ਫਿਰ ਅੱਗੇ ਆਖਦਿਆ ਤੇਰੇ ਭਗਤ, ਹੁਣ ਇੱਥੇ ਮੁਕਤੇ ਆ ਤਿੰਨੇ। ਹੁਣ ਇੱਥੇ ਜਿਹੜਾ ਭਗਤ ਹੈ ਇਹ ਇੱਕ ਵਚਨ ਵਿੱਚ ਨਹੀਂ ਹੈ, ਇਹ ਬਹੁ ਵਚਨ ਵਿੱਚ ਹੈ। ਜਦੋਂ ਤਿੰਨੇ ਮੁਕਤੇ ਹੋਣਗੇ ਨਾ ਜੀ, ਉਦੋਂ ਬਹੁ ਵਚਨ ਹੋਏਗਾ, ਇੱਕ ਭਗਤ ਦੀ ਗੱਲ ਨਹੀਂ ਹੋਏਗੀ ਉਦੋਂ। ਇੱਥੇ ਬੜਿਆਂ ਭਗਤਾਂ ਦੀ ਗੱਲ ਹੋ ਰਹੀ ਹੈ, ਤਾਂ ਆਖਿਆ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ। ਹੇ ਅਨੰਤ ਰੱਬ ਜੀ, ਅਨੇਕਾਂ ਭਗਤ ਤੁਹਾਨੂੰ ਸਲਾਹ ਰਹੇ ਆ, ਤੁਹਾਡਾ ਨਾਮ ਜਪ ਰਹੇ ਆ, ਪਰ ਜਦੋਂ ਤੱਤੇ ਦੇ ਪੈਰ ਹੇਠਾਂ ਔਂਕੜ ਆਏਗਾ, ਉਦੋਂ ਇੱਕ ਭਗਤ ਦੀ ਗੱਲ ਹੋਏਗੀ, ਉਦੋਂ ਇੱਕ ਭਗਤ ਦੀ ਗੱਲ ਹੋਏਗੀ। ਇਹ ਅਰਥ ਹੈ ਇਹਨਾਂ ਦੇ, ਤਿੰਨਾਂ ਭਗਤਾਂ ਦੇ। ਇਸ ਕਰਕੇ ਮਹਾਰਾਜ ਇੱਥੇ ਕਹਿ ਰਹੇ ਆ, ਤੇਰੀ ਅਨਿਕ ਕਰਹੇ ਹਰ ਪੂਜਾ ਜੀ, ਤਪ ਤਾਪ ਹੇ ਜਪਹੇ ਬੇਅੰਤਾ। ਰੱਬ ਜੀ, ਤੁਹਾਡੀ ਅਨੇਕਾਂ ਤਰੀਕਿਆਂ ਨਾਲ ਪੂਜਾ ਹੁੰਦੀ ਹੈ, ਕਿਉਂਕਿ ਤੁਹਾਡੇ ਰੂਪ ਅਨੇਕਾਂ ਨੇ ਤੇ ਤੁਹਾਡੀ ਪੂਜਾ ਕਰਨ ਦੇ ਢੰਗ ਵੀ ਵੱਖ ਵੱਖ ਨੇ, ਕੋਈ ਕਿਵੇਂ ਜਪਦਾ ਕੋਈ ਕਿਵੇਂ ਜਪਦਾ। ਤਪ ਤਾਪ ਹੇ ਜਪਹੇ ਬੇਅੰਤਾ। ਹੇ ਬੇਅੰਤ ਪ੍ਰਭੂ ਜੀ, ਤੁਹਾਡਾ ਤਪ ਵੀ ਹੋ ਰਿਹਾ ਤੇ ਤੁਹਾਡਾ ਜਪ ਵੀ ਹੋ ਰਿਹਾ। ਤੇਰੇ ਅਨੇਕ ਪੜ੍ਹੇ ਬਹੁ ਸਿਮਰਿਤ ਸਾਸਤ ਜੀ। ਅਨੇਕਾਂ ਨੇ ਜੋ ਵੇਦ ਪੜ੍ਹਦੇ ਆ, ਅਨੇਕਾਂ ਨੇ ਜੋ ਸਿਮਰਤੀਆਂ ਪੜ੍ਹਦੇ ਪਏ ਆ, ਅਨੇਕਾਂ ਨੇ ਜੋ ਸ਼ਾਸਤਰ ਪੜ੍ਹਦੇ ਪਏ ਆ, ਤੇ ਅਨੇਕਾਂ ਨੇ ਕਰ ਕਿਰਿਆ ਖੱਟ ਕਰਮ ਕਰੰਤਾ।
ਖੱਟ ਦਾ ਅਰਥ ਹੈ ਛੇ, ਛੇ ਕਰਮ, ਖੱਟ ਕਰਮ ਕਰਨਤਾ, ਬ੍ਰਾਹਮਣਾਂ ਵਿੱਚ ਛੇ ਕਰਮ ਮੰਨੇ ਗਏ। ਆਖਦਿਆ ਰੱਬ ਜੀ, ਜੇ ਸ਼ਾਸਤਰ ਪੜ੍ਹਨ ਵਾਲੇ ਬਹੁਤ ਆ, ਵੇਦ ਪੜ੍ਹਨ ਵਾਲੇ, ਸਿਮਰਤੀਆਂ ਪੜ੍ਹਨ ਵਾਲੇ, ਸ਼ਲੋਕ ਪੜ੍ਹਨ ਵਾਲੇ, ਉੱਥੇ ਰੱਬ ਜੀ ਛੇ ਕਰਮ ਕਰਨ ਵਾਲੇ ਵੀ ਬਹੁਤ ਆ ਦੁਨੀਆਂ 'ਤੇ। ਬ੍ਰਾਹਮਣ ਛੇ ਉਹ ਮੰਨਦਾ ਵੀ ਛੇ ਕਰਮ ਹਰ ਬੰਦੇ ਨੂੰ ਕਰਨੇ ਚਾਹੀਦੇ, ਬ੍ਰਾਹਮਣ ਪੰਡਿਤ ਨੂੰ ਉਹ ਛੇ ਕਰਮਾਂ 'ਤੇ ਬਹੁਤ ਜ਼ੋਰ ਦਿੰਦੇ ਆ, ਪਰ ਅਸੀਂ ਸਾਨੂੰ ਇਹਨਾਂ ਚੱਕਰਾਂ ਵਿੱਚ ਮਹਾਰਾਜ ਨੇ ਨਹੀਂ ਪਾਇਆ। ਸਤਿਗੁਰੂ ਜੀ ਫਿਰ ਅੱਗੇ ਆਖਦਿਆ, ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹੈ ਹਰ ਭਗਵੰਤਾ। ਉਹ ਭਗਤ ਰੱਬ ਜੀ ਭਲੇ ਨੇ ਜੋ ਹਰ ਪਲ ਤੁਹਾਡੇ ਨਾਮ ਨੂੰ ਆਰਾਧਦੇ ਆ, ਜੋ ਤੁਹਾਨੂੰ ਚੰਗੇ ਲੱਗਦੇ ਆ, ਤੇ ਚੰਗੇ ਰੱਬ ਨੂੰ ਉਹ ਲੱਗਦੇ ਆ ਜਿਹੜੇ ਬੰਦਗੀ ਕਰਦੇ ਆ, ਹਰ ਪਲ ਉਹਦਾ ਨਾਮ ਜਪਦੇ ਆ। ਪਰ ਚੌਥੇ ਅਖੀਰਲੇ ਪਦ ਵਿੱਚ ਆਖਦਿਆ ਜੀ, ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨਾ ਹੋਈ। ਤੁਸੀਂ ਆਦ ਤੋਂ ਹੋ, ਅਸੀਂ ਉਹਨੂੰ ਆਦ ਪੁਰਖ ਕਹਿੰਦੇ ਹਾਂ ਰੱਬ ਨੂੰ। ਆਦ ਆਦ ਦਾ ਅਰਥ ਹੁੰਦਾ ਵੈਸੇ ਸ਼ੁਰੂਆਤ ਹੁੰਦਾ, ਆਦ ਭਾਵ ਰੱਬ ਸ਼ੁਰੂਆਤ ਤੋਂ ਪਹਿਲਾਂ ਦਾ ਹੀ ਹੈ, ਇਹ ਨਹੀਂ ਵੀ ਜਦੋਂ ਸ਼ੁਰੂਆਤ ਹੋਈ ਹੈ, ਨਹੀਂ, ਸ਼ੁਰੂਆਤ ਵੀ ਉਹਨੇ ਕੀਤੀ ਹੈ ਨਾ, ਸ਼ੁਰੂਆਤ ਤਾਂ ਹੀ ਕੀਤੀ ਹੈ ਜੋ ਪਹਿਲਾਂ ਸੀ, ਸ਼ੁਰੂਆਤ ਉਹੀ ਕਰੇਗਾ ਜੋ ਪਹਿਲਾਂ ਹੈ। ਮੰਨ ਲਓ ਮੈਂ ਕੋਈ ਕੰਮ ਸ਼ੁਰੂ ਕਰਨਾ ਹੈ, ਮੈਂ ਹਾਂ ਤੇ ਕੰਮ ਸ਼ੁਰੂ ਕਰਾਂਗਾ ਨਾ। ਜੇ ਰੱਬ ਨੇ ਸੰਸਾਰ ਬਣਾਇਆ ਤੇ ਯਾਦ ਰੱਖਿਓ ਰੱਬ ਸੀ ਪਹਿਲਾਂ, ਤੇ ਉਹਨੇ ਫਿਰ ਸੰਸਾਰ ਦੀ ਸ਼ੁਰੂਆਤ ਕੀਤੀ, ਉਹਨੇ ਇਹਨੂੰ ਉਹਨੂੰ ਸਿਰਜਿਆ ਸੰਸਾਰ ਨੂੰ। ਤਾਂ ਆਖਦਿਆ ਤੂੰ ਆਦ ਪੁਰਖ, ਤੁਸੀਂ ਆਦ ਤੋਂ ਹੋ, ਤੁਸੀਂ ਉਹ ਪੁਰਖ ਹੋ ਜਿਹੜਾ ਆਦ ਤੋਂ ਹੈ, ਅਪਰੰਪਰ, ਤੁਹਾਡਾ ਕੋਈ ਪਾਰਾਵਾਰ ਨਹੀਂ ਹੈ। ਕਰਤਾ ਜੀ ਤੁਸੀਂ ਸਭ ਕੁਝ ਕਰਨ ਵਾਲੇ ਹੋ, ਤੁਧ ਜੇਵੜ ਅਵਰ ਨਾ ਕੋਈ, ਤੁਹਾਡੇ ਵਰਗਾ ਕੋਈ ਨਹੀਂ ਹੈ, ਤੁਹਾਡੀ ਵੱਡੀ ਜਿੰਨੀ ਵੱਡੀ ਤਾਕਤ ਕਿਸੇ ਕੋਲ ਨਹੀਂ ਹੈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਜਿੰਨੇ ਯੁੱਗ ਆਏ, ਹਰ ਯੁੱਗ ਵਿੱਚ ਤੁਸੀਂ ਮੌਜੂਦ ਹੋ, ਯੁੱਗ ਬਦਲੇ ਆ ਤੁਸੀਂ ਨਹੀਂ ਬਦਲੇ ਰੱਬ ਜੀ, ਤੁਸੀਂ ਉਵੇਂ ਹੋ, ਤੁਸੀਂ ਕਦੀ ਡੋਲ ਨਹੀਂ ਸਕੇ। ਯੁੱਗ ਪਲਟਦੇ ਰਹੇ, ਯੁੱਗ ਹਿਲਦੇ ਰਹੇ, ਬਦਲਦੇ ਰਹੇ, ਪਰ ਰੱਬ ਜੀ ਤੁਸੀਂ ਨਿਹਚਲ ਹੋ ਕੇ ਖੜੇ ਰਹੇ, ਤੁਸੀਂ ਕਦੀ ਨਹੀਂ ਬਦਲੇ। ਤੂੰ ਨਿਹਚਲ ਕਰਤਾ ਸੋਈ, ਫਿਰ ਆਖਿਆ ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ। ਹੇ ਪ੍ਰਭੂ ਜੀਓ, ਜੋ ਤੁਹਾਨੂੰ ਪਾਉਂਦਾ ਤੁਧ ਆਪੇ ਭਾਵੈ, ਤੁਹਾਨੂੰ ਜਿਵੇਂ ਪਾਉਂਦਾ ਸੋਈ ਵਰਤੈ ਜੀ, ਉਵੇਂ ਤੁਸੀਂ ਭਾਣਾ ਵਰਤਾਉਂਦੇ ਹੋ। ਜਿਵੇਂ ਰੱਬ ਨੂੰ ਚੰਗਾ ਲੱਗਦਾ ਉਹ ਉਵੇਂ ਕਰਦਾ, ਉਹ ਸਾਡੀ ਮਰਜ਼ੀ ਨਹੀਂ ਵੇਖਦਾ, ਹਾਂ ਭਗਤਾਂ ਦੀ ਮਰਜ਼ੀ ਵੇਖਦਾ, ਇਹ ਫਰਕ ਹੈ। ਸਾਨੂੰ ਨਹੀਂ ਪੁੱਛਦਾ ਉਹ, ਕਿਉਂਕਿ ਅਸੀਂ ਤਾਂ ਕਿਸੇ ਗਿਣਤੀ ਵਿੱਚ ਨਹੀਂ ਆਉਂਦੇ। ਜਿਹੜੇ ਉਹਦਾ ਨਾਮ ਜਪਦਿਆਂ ਉਹਨਾਂ ਨੂੰ ਪੁੱਛਦਾ, ਜਦੋਂ ਪੁੱਛਣਾ ਹੁੰਦਾ ਹੈ ਉਹਨਾਂ ਦੀ ਰਜਾ ਮੰਦੀ ਨਾਲ ਚੱਲਦਾ। ਪਰ ਇਹ ਵੀ ਭਗਤ ਹਰ ਹਾਲਤ ਵਿੱਚ ਉਹਦੀ ਰਜਾ ਵਿੱਚ ਰਹਿੰਦੇ ਆ, ਉਹ ਤੇ ਉਹਦਾ ਭਾਣਾ ਸੱਤ ਕਰਕੇ ਮੰਨਦੇ ਆ। ਜਿਹੜੇ ਰੱਬ ਦਾ ਭਾਣਾ ਸੱਤ ਕਰਕੇ ਮੰਨਦੇ ਆ ਨਾ ਜੀ, ਰੱਬ ਪੁੱਛਦਾ ਵੀ ਉਹਨਾਂ ਨੂੰ ਹੀ, ਤੇ ਜਿਹੜੇ ਰੱਬ ਨੂੰ ਲਾਂਭੇ ਦਿੰਦੇ ਰਹਿੰਦੇ ਆ, ਕੋਈ ਦੁੱਖ ਆ ਗਿਆ, ਤਕਲੀਫ ਆ ਗਿਆ, ਉਹਨਾਂ ਨੂੰ ਥੋੜਾ ਪੁੱਛਣਾ। ਤਾਂ ਆਖਦੇ ਆ ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ। ਜੋ ਤੁਸੀਂ ਕਰਦੇ ਹੋ ਮਾਲਕ ਜੀ ਉਹੀ ਹੁੰਦਾ, ਜੋ ਤੁਹਾਨੂੰ ਪਾਉਂਦਾ ਉਹੀ ਸਭ ਕੁਝ ਹੋਣਾ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ,
ਜਿਹੜੀਆਂ ਸ੍ਰਿਸ਼ਟੀ ਹੈ, ਉਪਾਈ ਦਾ ਅਰਥ ਹੁੰਦਾ ਹੈ ਪੈਦਾ ਕਰਨਾ। ਤੁਸੀਂ ਸਾਰੀ ਸ੍ਰਿਸ਼ਟੀ ਆਪ ਪੈਦਾ ਕੀਤੀ ਹੈ, ਤੁਧ ਆਪੇ ਸਿਰਜ ਸਭ ਗੋਈ। ਗੋਈ ਸ਼ਬਦ ਆਇਆ, ਗੋਈ ਦਾ ਅਰਥ ਹੁੰਦਾ ਹੈ ਨਾਸ਼ ਕਰਨਾ, ਖਤਮ ਕਰਨਾ। ਸਿਰਜ ਦਾ ਅਰਥ ਹੈ ਸਿਰਜਣਾ ਕਰਨਾ, ਗੋਈ ਦਾ ਅਰਥ ਹੈ ਨਾਸ਼ ਕਰਨਾ। ਤੁਸੀਂ ਸੰਸਾਰ ਨੂੰ ਬਣਾਉਂਦੇ ਹੋ, ਸਿਰਜਦੇ ਹੋ ਤੇ ਫਿਰ ਨਾਸ਼ ਵੀ ਕਰਦੇ ਹੋ। ਇਹਦਾ ਜੋ ਉਪਜਿਓ ਸੋ ਬਿਨਸ ਹੈ, ਉਹ ਬਣਾਉਂਦਾ ਫਿਰ ਇਹਨੂੰ ਨਾਸ਼ ਵੀ ਕਰਦੇ ਹੋ, ਸਮੇਟਦਾ ਵੀ ਹੈ ਨਾ ਉਹ। ਉਹ ਜੋ ਕੁਝ ਪੈਦਾ ਕਰੇਗਾ ਉਹਦਾ ਨਾਸ਼ ਵੀ ਕਰੇਗਾ ਨਾਲ, ਤੇ ਨਾਸ਼ ਕਰਨ ਵਾਲਾ ਕੋਈ ਹੋਰ ਥਾਂ ਤੋਂ ਨਹੀਂ ਚੱਲ ਕੇ ਆਉਣਾ, ਉਹੀ ਹੈ ਰੱਬ ਹੀ, ਜਿਹਨੇ ਸਭ ਕੁਝ ਪੈਦਾ ਕੀਤਾ। ਬਣਾਉਣ ਵਾਲਾ ਵੀ ਉਹ ਹੈ, ਜਿਵੇਂ ਘੜਨ ਵਾਲਾ ਵੀ ਉਹ ਤੇ ਭੰਨਣ ਵਾਲਾ ਵੀ ਉਹੀ ਹੈ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਮਾਲਕ ਜੀ, ਅਸੀਂ ਤੁਹਾਡੇ ਗੁਣਾਂ ਨੂੰ ਗਾਉਂਦੇ ਹਾਂ, ਤੁਸੀਂ ਕਰਤਾ ਪੁਰਖ ਹੋ, ਜੋ ਸਭ ਸਹਿ ਦਾ ਸਭ ਸਹਿ ਕਾ ਜਾਣੋਈ, ਜੋ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ ਉਹ ਰੱਬ ਹੈ। ਉਹਦੇ ਤੋਂ ਕੁਝ ਨਹੀਂ ਲੁਕਿਆ ਜੀ ਕਦੀ ਵੀ, ਉਹ ਹਰ ਇੱਕ ਦੇ ਅੰਦਰ ਦੀ ਜਾਣਦਾ, ਹਰ ਇੱਕ ਦਾ ਭੇਦ ਜਾਣਦਾ। ਇੱਥੇ ਪਰ ਸ਼ਬਦ ਸੰਪੂਰਨ ਹੋ ਜਾਂਦਾ, ਇਹ ਵਿੱਚ ਪਦੇ ਰਹਿ ਗਏ ਸਨ ਤਿੰਨ, ਅਤੇ ਇਸ ਕਰਕੇ ਇਹਨਾਂ ਨੂੰ ਦੁਬਾਰਾ ਰਿਪੀਟ ਕੀਤਾ। ਅੱਜ ਸ਼ਬਦ ਸੰਪੂਰਨ ਹੋ ਗਿਆ, ਸਤਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਆਸਾ ਰਾਗ ਨੂੰ ਹੁਣ ਵਿਚਾਰਦੇ ਪਏ ਹਾਂ, ਅਤੇ ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਨਗੇ, ਸੋਝੀ ਦੇਣਗੇ, ਅਸੀਂ ਸਤਿਗੁਰੂ ਜੀ ਦੇ ਇਸ ਇਹ ਬਾਣੀ ਅਗਮ ਹੈ, ਅਥਾਹ ਹੈ, ਇਹਦਾ ਕੋਈ ਪਾਰਾਵਾਰ ਨਹੀਂ ਹੈ ਜੀ। ਇਸ ਬਾਣੀ ਨੂੰ ਨਾ ਕੋਈ ਦਾਅਵਾ ਨਹੀਂ ਕਰ ਸਕਦਾ ਵੀ ਜੋ ਅਰਥ ਕਰ ਦਿੱਤੇ ਗਏ ਆ ਉਹ ਸੰਪੂਰਨ ਆ। ਨਹੀਂ ਨਹੀਂ, ਇਹਦੇ ਅਰਥ ਨਹੀਂ ਸੰਪੂਰਨ ਹੋ ਸਕਦੇ। ਇਹ ਤਾਂ ਜਿੰਨੀ ਜਿੰਨੀ ਮਤ ਜਿਹਨੂੰ ਜਿਹਨੂੰ ਦਿੰਦਾ ਸੱਚਾ ਪਾਤਸ਼ਾਹ, ਉਨੀ ਮਤ ਨਾਲ ਉਹ ਅਰਥ ਕਰੀ ਜਾਂਦਾ। ਸੰਪੂਰਨ ਅਰਥ ਗੁਰੂ ਸਾਹਿਬ ਹੀ ਜਾਣਦੇ ਆ, ਬਸ ਉਹਨਾਂ ਤੋਂ ਬਗੈਰ ਕੋਈ ਨਹੀਂ ਜਾਣ ਸਕਦਾ। ਕਿਉਂਕਿ ਜਿਸ ਲੈਵਲ 'ਤੇ ਬਾਣੀ ਉਚਾਰਨ ਕੀਤੀ ਗਈ ਨਾ ਪਹੁੰਚ ਕੇ, ਉਹ ਲੈਵਲ 'ਤੇ ਪਹੁੰਚਣਾ ਹਰ ਨਹੀਂ ਪਹੁੰਚ ਸਕਦਾ ਉਸ ਲੈਵਲ 'ਤੇ। ਜਿਸ ਅਵਸਥਾ 'ਤੇ ਪਹੁੰਚ ਕੇ ਬਾਣੀ ਉਚਾਰਨ ਕੀਤੀ ਗਈ ਹੈ, ਜਦੋਂ ਇਹਨੂੰ ਸਮਝਣਾ ਹੈ ਤਾਂ ਉਸ ਲੈਵਲ 'ਤੇ ਪਹੁੰਚਣਾ ਪੈਣਾ, ਅਤੇ ਉਸ ਲੈਵਲ 'ਤੇ ਪਹੁੰਚਣਾ ਬਹੁਤ ਔਖਾ ਹੈ। ਇਹ ਤਾਂ ਗੁਰੂ ਸਾਹਿਬ ਰਹਿਮਤਾਂ ਅਤੇ ਬਖਸ਼ਿਸ਼ਾਂ ਕਰਨ। ਆਓ ਥੋੜ੍ਹਾ ਜਿਹਾ ਸਮਾਂ ਆਪਾਂ ਨਾਮ ਨਾਲ ਜੁੜਨਾ, ਸਾਰੇ ਕਿਰਪਾ ਕਰਿਆ ਜੀ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।